ਇਹ ਤਖ਼ਤ ਰਹਿਣ ਨਹੀਂ ਦੇਣੇ, ਇਹ ਤਖ਼ਤ ਰਹਿਣ ਨਹੀਂ ਦੇਣੇ, ਇਹ ਤਾਜ ਰਹਿਣ ਨਹੀਂ ਦੇਣੇ। ਜੋ ਕਿਸਾਨਾਂ ਦੇ ਦੁਸ਼ਮਣ, ਜੋ ਮਜ਼ਦੂਰਾਂ ਦੇ ਦੁਸ਼ਮਣ, ਉਹ ਰਾਜ ਰਹਿਣ ਨਹੀਂ ਦੇਣੇ, ਉਹ ਰਾਜ ਰਹਿਣ ਨਹੀਂ ਦੇਣੇ। ਅੱਜ ਅਸੀਂ ਬਹੁਤ ਵੱਡਾ ਰੋਡ ਸ਼ੋਅ ਕਰ ਰਹੇ ਹਾਂ ਜੀ ਅੰਮ੍ਰਿਤਸਰ ਦੇ ਵਿੱਚ। ਇਸ ਤੋਂ ਬਾਅਦ ਸਾਡੀ ਦਿੱਲੀ ਵੱਲ ਨੂੰ ਕੋਸ਼ਿਸ਼ ਕਰਾਂਗੇ। ਮੋਦੀ ਜੀ ਦਾ ਢੋਲ ਚ ਕਿੱਲਾ ਹਨ, ਉਹ ਕੱਢ ਕੇ ਆਵਾਂਗੇ ਦਿੱਲੀ ਵੱਲ। इस वे तुसी वेख रहे जे कि जो दिल्ली दे विच इन्ना मोर्चा भखिया पिया है, और पंजाब दे विच वी वेखो कि उन्हां दे जो भरा ने सारे ये ना समझो कि वह पंजाब सत्थां दे विच बैठे आ, वह भी अपनियां मुहिमां लैके तेज इस वे दिल्ली नूं कूच कर रहे आ और दिन रात ट्रैक्टर रैली की परेड कर रहे आ। अज तुहानूं असीं विखा रहे हां माझे दे विचों जो कि हज़ारां की गिनती पिंडां दे विचों किसानां ने जो शमूलियत की और शहरां नूं जा रहे ने, सिर्फ वह एक रैसल के तौर पर जा रहे आ और रैसल करनगे कि उन्हां नूं दिल्ली नूं दिखाउणा है कि किस तरह ही दिल्ली पहुँचना आ। ये सारे रैसल वास्ते अज अमृतसर दे विचों जो रैलियां जा रही आ, ये उही मोर्चा आ जो 1907 दे विच मोर्चा लगा सी पगड़ी संभाल जट्टा, पगड़ी संभाल जट्टा जो कि भगत सिंह दे चाचा जी सरदार अजीत सिंह जिन्हां नूं कि जलावतन कहा जाता, जिन्हां नूं बाद सज़ा दे तौर ते अंग्रेज़ां ने इस देश तों देश निकाला दे दित्ता सी, और उसने ये मुहिम लई सी जो लगातार मार्च दे विच 1922 दे विच 7 मार्च नूं शुरू होई सी ते नवंबर दे विच जाके उही पगड़ी संभाल जट्टा होया की सी। उदों वी तुहानूं दस्सदे एक छोटा जिहा इतिहास है इस जो पगड़ी संभाल जट्टा जां किसान अंदोलन दा बहुत वड्डा इतिहास आ। होया की सी उदों वी जमींदार जिहड़ा कहि सी ईस्ट इंडिया कंपनी आई सी तुहाडे सामने, और ईस्ट इंडिया कंपनी ने भी पूरे देश ते कब्जा कीता सी और इत्थों दे सरमाएदारां नाल मिलाया गया सी, जिस तरह कि अजकल अंबानी अडानी दे नाल मिलाया गया आ। अज भी उही हाल रहा जो 1907 दे विच आ, पर जो संघर्ष किसान दा संघर्ष आ उस वेले भी जितिया सी ते इस वेले भी इस संघर्ष जो किसान कह रहे ने कि इह वी असीं जित्तांगे जां मरांगे जां जित्तांगे, आओ असीं गल्लबात करदे आ किसानां दे नाल। ਕਿੰਨੀ ਕੀ ਤਿਆਰੀ ਹੈ ਜੀ? ਅੱਜ ਅਸੀਂ ਬਹੁਤ ਵੱਡਾ ਰੋਡ ਸ਼ੋਅ ਕਰ ਰਹੇ ਹਾਂ ਜੀ ਅੰਮ੍ਰਿਤਸਰ ਦੇ ਵਿੱਚ। ਇਸ ਤੋਂ ਬਾਅਦ ਸਾਡੀ ਦਿੱਲੀ ਵੱਲ ਨੂੰ ਕੋਸ਼ਿਸ਼ ਕਰਾਂਗੇ। ਮੋਦੀ ਜੀ ਦਾ ਢੋਲ ਚ ਕਿੱਲਾ ਹਨ, ਉਹ ਕੱਢ ਕੇ ਆਵਾਂਗੇ ਦਿੱਲੀ ਵੱਲ। ਕੀ ਲੱਗਦਾ ਤੁਹਾਨੂੰ ਕਿ ਜੋ ਇਹ ਦੇਖਣ ਦੇ ਮਾਹੌਲ ਆ, ਇਹ ਦਿੱਲੀ ਜਾ ਕੇ ਇਸ ਦਾ ਜਾਣ ਦੇਣਗੇ ਸਾਨੂੰ? ਉਹ ਦਿੱਲੀ ਜਾਵਾਂਗੇ, ਜਾਣ ਕਰੂ ਕਹਿਣਗੇ ਸਾਨੂੰ ਡੱਕਣ ਵਾਲਾ ਕਿਹੜਾ ਜੰਮਿਆ ਵਾ, ਅਸੀਂ ਜਾਣਾ ਹੀ ਜਾਣਾ ਵਾ। ਜੇ ਬੈਰੀਕੇਡ ਨੂੰ ਕਹਿੰਦੇ ਪ੍ਰਬੰਧ ਕੀਤਾ ਬੈਰੀਕੇਡ ਤੋਂ ਤੋੜ ਕੇ ਜਾਵਾਂਗੇ, ਬੈਰੀਕੇਡ ਦਾ ਸਾਰਾ ਪ੍ਰਬੰਧ ਕੀਤਾ, ਠੋਕ ਕੇ ਕੀਤਾ ਲੱਗ ਸਦਾ ਜਾ। ਅੱਜ ਦਾ ਜਿਹੜਾ ਰੋਡ ਸ਼ੋਅ ਹੈ, ਅਸੀਂ ਰੈਸਲ ਆ ਸਾਡੀ ਦਿੱਲੀ ਦੇ ਵੱਲ ਨੂੰ ਜਿਹੜੀ ਆਪਾਂ ਰੋਡ ਸ਼ੋਅ ਕਰਨਾ ਉਹਦੀ ਰੈਸਲ ਕਰ ਰਹੇ ਹਾਂ, ਅਤੇ ਫਤਿਹ ਕਰਕੇ ਦਿੱਲੀ ਅਸੀਂ ਕਿਸਾਨਾਂ ਨੇ ਵਾਪਸ ਆਉਣੀ ਹੈ। ਕੋਈ ਵੀ ਅੜਚਣ ਕਿਸਾਨਾਂ ਨੂੰ ਰੋਕ ਨਹੀਂ ਸਕਦੀ, ਅਤੇ ਮੋਰਚਾ ਅਸੀਂ ਫਤਿਹ ਕਰਕੇ ਪੁੱਟਣਾ ਹੈ। ਹਾਂ ਮੋਦੀਆ ਆ ਗਈ, 26 ਬੱਸ ਆ ਰਹੇ ਆ ਤੇਰੇ ਕੋਲ, ਪਹੁੰਚ ਰਹੇ ਆ, ਇੱਕੀ ਦਫ਼ਾ ਪਰੇਡ ਤੇਰੀ ਸ਼ਾਮਿਲ ਹੋਵਾਂਗੇ ਜ਼ਰੂਰ। ਕਿਸਾਨ ਏਕਤਾ ਜ਼ਿੰਦਾਬਾਦ, ਕਿਸਾਨ ਯੂਨੀਅਨ ਜ਼ਿੰਦਾਬਾਦ, ਕਿਸਾਨ ਯੂਨੀਅਨ ਜ਼ਿੰਦਾਬਾਦ, ਪ੍ਰਦਰਸ਼ਨ ਕਰ ਰਹੇ ਆ, ਰੋਡ ਸ਼ੋਅ ਕਰ ਰਹੇ ਆ, ਔਰ ਉਹਨਾਂ ਕਿਸਾਨਾਂ ਨਾਲ ਆਪਾਂ ਗੱਲਬਾਤ ਕਰਦੇ ਆ। ਸਿੰਘ ਜੀ ਅੱਜ ਕੀ ਪ੍ਰੋਗਰਾਮ ਆ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਅਸੀਂ ਭਾਰਤੀ ਕਿਸਾਨ ਯੂਨੀਅਨ ਉਗਰਾਹ ਵੱਲੋਂ ਆਪਾਂ ਜੇਠੂਵਾਲ ਤੋਂ ਇੱਕ ਰੈਲੀ ਕੱਢ ਰਹੇ ਹਾਂ, ਟਰੈਕਟਰ ਰੈਲੀ, ਜੋ ਕਿ ਮੋਦੀ ਨੂੰ ਪਤਾ ਲੱਗ ਜਾਏ ਕਿ ਇਹ 19 ਦੀ ਅਸੀਂ ਇੱਕ ਰਿਹਰਸਲ ਹੀ ਕਰ ਰਹੇ ਹਾਂ, ਵੀ ਇਹਨੂੰ 19 ਤਰੀਕ ਨੂੰ ਹੀ ਪਤਾ ਲੱਗ ਜਾਏ ਵੀ ਐਡਾ ਵੱਡਾ ਕੱਟ ਇੱਕਾਂ ਦਾ ਆ ਰਿਹਾ, ਅਤੇ ਮੋਦੀ ਜਿਹੜਾ ਕੁੰਭਕਰਨ ਦੀ ਨੀਂਦ ਸੁੱਤਾ ਪਿਆ, ਇਹਨੂੰ ਜਾਗ ਆ ਜਾਏ। ਦੂਜੀ ਗੱਲ, ਇਹ 26 ਤਰੀਕ ਦੀ ਰੈਲੀ ਆ, ਅਸੀਂ ਉੱਥੇ ਵੱਧ ਤੋਂ ਵੱਧ
ਚੜ੍ਹ ਕੇ ਟਰੈਕਟਰਾਂ ਦਾ ਪਿੰਡਾਂ 'ਚ ਸਾਰੇ ਹੰਗਾਰਾ ਦੇਵਾਂਗੇ ਤੇ ਵੱਧ ਤੋਂ ਵੱਧ ਕਿਸਾਨ ਜਿਹੇ ਬੰਦੀਆਂ ਟਰੈਕਟਰ ਟਾਲੀਆਂ ਲੈ ਕੇ ਦਿੱਲੀ ਨੂੰ ਕੂਚ ਕਰਨਗੀਆਂ। 26 ਨੂੰ ਮੋਦੀ ਨੇ ਕਹਿਤਾ ਆ, ਸੁਪਰੀਮ ਕੋਰਟ ਨੇ ਕਹਿਤਾ ਆ ਕਿ ਜਿਹੜਾ ਪੁਲਿਸ ਦੇ ਹੱਥ ਤੱਕ ਕਮਾਂਡ ਦੇ ਦਿੱਤੀ ਆ ਕਿ ਜੋ ਕਰੂ ਠੀਕ ਆ, ਕੀ ਲੱਗਦਾ ਕਿ ਪੁਲਿਸ ਨੂੰ ਕੋਈ ਲੰਘ ਸਕਦਾ ਉਦੋਂ? ਸੁਪਰੀਮ ਕੋਰਟ ਨੇ ਜਿਹੜੀ ਇਹ ਦਿੱਤੀ ਆ ਜੀ, ਇਹ ਪੁਲਿਸ ਦੇ ਹੱਥ ਸਾਰਾ ਦੇਣ ਦੀ ਆ ਪਾਵਰ, ਇਹ ਪੁਲਿਸ ਹੀ ਕਰੂਗੀ ਜੋ ਕਰੂਗੀ। ਬਾਕੀ ਗੱਲ ਇਹ ਆ ਵੀ ਇਹ ਬਿੱਲ ਜਿਹੜੇ ਪਾਸ ਹੋਏ ਆ ਸੈਸ਼ਨ 'ਚ ਹੋਏ ਆ, MP ਜਿੱਥੇ ਬਹਿੰਦੇ ਆ ਸਾਰੇ ਆਪਣੇ ਹਿੰਦੁਸਤਾਨ ਦੇ, ਉੱਥੇ ਬਿੱਲ ਪਾਸ ਕੀਤੇ ਜਾਏ ਆ। ਇਹ ਇਹਨੂੰ ਸੁਪਰੀਮ ਕੋਰਟ ਨੂੰ ਵੀ ਚਾਹੀਦਾ ਵਾ ਕਿ ਇਹ ਉੱਥੇ ਪਾਸ ਕੀਤੇ ਨੇ ਉੱਥੋਂ ਹੀ ਰੱਦ ਕਰਾਏ ਜਾਣ। ਇਹ ਜਿਹੜਾ ਮੋਦੀ ਆਪਣੇ ਦੋ ਕਰਿੰਦੇ ਭੇਜਦਾ ਤੋਮਰ ਅਤੇ ਪਿਊਸ਼ ਗੋਇਲ ਜੀ, ਇਹ ਇਹਨੂੰ ਜੇ ਇਹਨੂੰ ਮੋਦੀ ਨੇ ਇਹਨਾਂ ਨੂੰ ਭੇਜਣਾ, ਇਹਨੂੰ ਪੂਰੀ ਪਾਵਰ ਦੇ ਕੇ ਕੱਲ੍ਹ ਇਹਨੇ 'ਚ ਕਲਮਤ 'ਚ ਇੰਨੀ ਤਾਕਤ ਹੋਵੇ ਕਿ ਉਹ ਇਹ ਕਾਨੂੰਨ ਰੱਦ ਕਰ ਸਕਦੇ ਆ, ਨਹੀਂ ਤਾਂ ਆਪ ਆਣ ਕੇ ਪਵੇ ਤੇ ਇਹ ਕਾਨੂੰਨ ਕਰ ਆਏ, ਨਹੀਂ ਤਾਂ ਅਸੀਂ 26 ਤਰੀਕ ਨੂੰ ਵੱਧ ਤੋਂ ਵੱਧ ਟਰੈਕਟਰਾਂ ਦਾ ਕੱਟ ਕਰਕੇ ਦੇ ਦਿੱਲੀ ਜਿੱਤਾਂਗੇ ਦੇ ਨਾਲੇ ਮੋਦੀ। ਇਹ ਵੀ ਕਿਹਾ ਹੈ ਕਿ ਇਹ ਜਿੰਨੀ ਵੀ ਰੈਲੀ ਆ ਬਾਹਰ ਬਿਹਾਰ ਦੇ ਵਿੱਚ ਲੋਕਾਂ ਨੂੰ ਜਾਂ ਟੈਲੀਵਿਜ਼ਨ ਜੋ ਪ੍ਰਚਾਰ ਜਾ ਰਿਹਾ ਕਿ ਇਹ ਸਾਰੇ ਅੱਤਵਾਦੀ ਆ, ਇਹ ਉੱਥੇ ਖਾਣੇ ਖਾਣ ਜਾਂਦੇ ਸਭ ਕੁਝ, ਕੀ ਲੱਗਦਾ ਤੁਹਾਨੂੰ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮਹਾਰਾਜ, ਕੋਈ ਖਾਣੇ ਖਾਣ ਨਹੀਂ ਜਾਣ ਡਿਆ, ਆਪਣੀ ਹੱਕ ਦੀ ਲੜਾਈ ਨਹੀਂ ਲੜਨ ਡਿਆ ਵਾ ਜੀ, ਕੋਈ ਗਲਤ ਲੜਾਈ ਨਹੀਂ ਹੈਗੀ, ਬਿਲਕੁਲ ਸੱਚੀ ਲੜਾਈ ਆ ਤੇ ਲੜਾਂਗੇ ਤੇ ਲੜਦੇ ਰਵਾਂਗੇ। 26 ਤਰੀਕ ਨੂੰ ਦੱਸ ਦਾਂਗੇ ਵੀ ਕੀ ਬਣੂਗਾ ਉਹਦਾ। ਕਿਸਾਨ ਏਕਤਾ ਜ਼ਿੰਦਾਬਾਦ, ਕਿਸਾਨ ਏਕਤਾ ਜ਼ਿੰਦਾਬਾਦ, ਮੁਰਦਾਬਾਦ। ਸੋ ਤੁਸੀਂ ਵੇਖ ਰਹੇ ਜੀ, ਇਹ ਜੇ ਹੈਗੀ ਅੰਮ੍ਰਿਤਸਰ ਜੋ ਮਾਝੇ ਦੀ ਰੈਲੀ ਆ, ਰੋਡ ਸ਼ੋਅ ਕਹਿੰਦੇ ਆ, ਇਹ 26 ਤਰੀਕ ਦੀ ਜੋ ਕਿ ਇੱਕ ਰੈਸਲ ਪਰੇਡ ਆ। ਸੋ ਤੁਸੀਂ ਵੇਖਿਆ ਆ ਕਿ ਪੰਜਾਬ ਦਾ ਕਿਸਾਨ ਜੋ ਕਿ ਪੂਰੇ ਹਿੰਦੁਸਤਾਨ ਦੇ ਮਜ਼ਦੂਰਾਂ ਦੇ ਕਿਸਾਨਾਂ ਨੂੰ ਜਾਗਰਤ ਕਰ ਚੁੱਕਾ ਆ। ਉਹਨਾਂ ਦਾ ਕਹਿਣ ਦਾ ਮਤਲਬ ਇਹ ਆ ਕਿ ਇਸ ਵੇਲੇ ਮਸਲਾ ਜ਼ਮੀਨਾਂ ਦਾ ਨਹੀਂ ਹੈਗਾ, ਇਸ ਵੇਲੇ ਮਸਲਾ ਜਿਹੜਾ ਜ਼ਮੀਰਾਂ ਦਾ ਬਣ ਗਿਆ ਆ, ਕਣਕਾਂ ਅਤੇ ਅਣਖਾਂ ਦਾ ਮਸਲਾ ਬਣ ਗਿਆ ਆ। ਸੋ ਤੁਸੀਂ ਵੇਖ ਰਹੇ ਜੇ, ਕੈਮਰਾਮੈਨ ਸੁਰਜੀਤ ਅਸ਼ਕ ਦੇ ਨਾਲ ਮੈਂ ਵਜ਼ੀਰ ਮੁਦਲ, ਆਵਾਜ਼ੇ ਕੌਮ TV।